सामने बैठे मेरे भैन भरा आओ प्रभु चर यीशु मसीह के चरणों में हाजिरी लवाइए। हालेलुया हालेलुया। जदों आत्मा ना आत्मा का मेल होंदा है तो इंसान पैदा होंदा। जदों आत्मा ना परमात्मा का मेल पैदा होंदा तो भगवान पैदा होंदा। उहदी मिसाल माँ मरियम के उत्ते प्रभु की असीम कृपा होई तो उन्हें बैतलहम कस्बे दे विच प्रभु यीशु नूं जन्म दिता। अज तो 4 ईसवी पूर्व की पहलां की गल जदों माँ मरियम अपने पिंड बैठी सी तो खुदा दे फरिश्ते गैब्रीएल ने आके उन्हें सुना दिता कि मरियम तू बड़ी किस्मत वाली है, परमात्मा तेरे उत्ते प्रसन्न होए ने तो उन्होंने तेनों अपने पुत्र नूं जन्म देने वास्ते चुने। इस तरह यूसुफ ने उन्हें दस्या कि मरियम ने तू पत्नी बनाना तो उहदे विचों एक खुदा पैदा होएगा तो वह राजा होएगा, उहदे राज की कोई सीमा नहीं होएगी, जितों तक दुनिया होएगी उहदा राज उतों तक होएगा। तो अज यह गल सच है, क्रिश्चन भाईचारा सारे वर्ल्ड दे विच राज कर रहा है। कुछ तो देश छड़ लो नहीं तो सारे दे विच ही क्रिश्चन भाईचारे की बहुत आद है। ये सिर्फ खुदा की कृपा है। प्रभु यीशु मसीह का संदेश सी कि प्रेम दे नाल रहना, गुस्सा नहीं करना। प्रेम बारे सारे पीरां पैगंबरां गुरुआं ने कहा, जिन्हां गुरु नानक साहब ने कहा जिन प्रेम की ओर दिन ही प्रभ पायो। परमात्मा का मेल ता ही हो सकता जे हिरदे दे विच प्रेम है। ये प्रभु यीशु मसीह ने आपां नूं सारिआं नूं सिखिआ दित्ती। उन्हां ने माफ करन नूं बड़ा वड्डा दस्सिआ। ਜਦੋਂ ਉਹਨਾਂ ਨੂੰ ਸੂਲੀ ਦੇ ਚੜਾ ਰਹੇ ਸੀ ਭਲਾ ਤੂੰ ਸਵਰਨਰ ਸੀ ਉਹਦਾ ਪਿੱਤਣ ਪੰਥੀ ਨੇ ਦਵਾ ਥੱਲੇ ਆ ਕੇ ਉਹਨੇ ਸੂਲੀ ਦੀ ਸਜ਼ਾ ਦਿੱਤੀ ਪ੍ਰਭੂ ਯਿਸੂ ਨੂੰ ਚੜਾ ਰਹੇ ਸੀ ਅਤੇ ਉਹ ਕਹਿੰਦੇ ਇਹ ਖੁਦਾ ਇਹ ਪਰਮਾਤਮਾ ਇਹਨਾਂ ਨੂੰ ਮਾਫ਼ ਕਰ ਦੀ, ਇਹਨਾਂ ਨੂੰ ਨਹੀਂ ਪਤਾ ਕਿ ਇਹ ਕੀ ਕਰ ਰਹੇ ਨੇ। ਹਾਲੇਲੂਇਆ ਹਾਲੇਲੂਇਆ। ਮਤਲਬ ਉਹਨਾਂ ਨੇ ਯਿਸੂ ਮਸੀਹ ਨੇ ਸਿਰਫ ਤੇ ਸਿਰਫ ਭਾਈਚਾਰਕ ਸਾਂਝ ਦੇ ਉੱਤੇ ਸਾਰਾ ਜ਼ੋਰ ਦਿੱਤਾ, ਜੋ ਉਹਨਾਂ ਸਿੱਖਿਆ ਦਿੱਤੀ ਆਪਣੇ ਅਨਿਆਈਆਂ ਨੂੰ। 12 ਅਨਿਆਈ ਤੇ ਅੱਜ ਦੇਖੋ ਸਾਰੇ ਵਰਲਡ ਦੇ ਵਿੱਚ ਇਹਨਾਂ ਦਾ ਰਾਜ ਆ, ਸਿਰਫ ਪ੍ਰੇਮ ਦੀ ਸਿੱਖਿਆ ਦੇ ਨਾਲ ਹੀ। ਆਪਾਂ ਜੇ ਕਿਸੇ ਨੂੰ ਜਿੱਤਣਾ ਚਾਹੁੰਦੇ ਹਾਂ ਤਾਂ ਸਿਰਫ ਇੱਕ ਪ੍ਰੇਮ ਹਥਿਆਰ ਹੈ ਜਿਹਦੇ ਨਾਲ ਆਪਾਂ ਜਿੱਤਿਆ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਧਰਮ ਨਿਰਪੱਖ ਪਾਰਟੀ ਹੈ, ਹਰ ਧਰਮ ਦਾ ਬਹੁਤ ਮਾਣ ਸਤਿਕਾਰ ਕਰਦੀ ਹੈ। ਜਿੱਥੋਂ ਤੱਕ ਧਾਰੀਵਾਲ ਦੇ ਵਿੱਚ ਵੱਡਾ ਦਿਨ ਬੜਾ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਸੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸ਼ੁਰੂ ਕੀਤਾ ਸੀ, ਇੱਥੇ ਕੁਛ ਕਾਰਨਾਂ ਕਰਕੇ ਉਹ ਨਹੀਂ ਹੋ ਸਕਿਆ। ਮੈਨੂੰ ਬੱਬੇ ਵਾਲੀ ਸਾਹਿਬ ਨੇ ਪ੍ਰੇਰਨਾ ਦਿੱਤੀ, ਆਸ਼ੀਰਵਾਦ ਦਿੱਤਾ ਕਿ ਤੁਸੀਂ ਇਹ ਬੀੜਾ ਚੁੱਕੋ, ਸਾਰੀ ਟੀਮ ਆਪਣੀ ਨਾਲ ਲੈ ਗਏ, ਪ੍ਰਬੰਧਕ ਟੀਮ ਨਾਲ ਲੈ ਗਏ ਕਿ ਆਪਾਂ ਸ਼ੁਰੂ ਕਰਨਾ। 2022 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨਾ, ਸਾਡੇ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਬੱਬੇ ਹਾਲੀ ਸਾਹਿਬ ਨੇ ਕੈਬਨਿਟ ਮਿਨਿਸਟਰ ਬਣਨਾ। ਅਤੇ ਉਦੋਂ ਇਹ ਤੁਹਾਨੂੰ ਮੈਂ ਯਕੀਨ ਦਿਵਾਉਂਦਾ ਕਿ ਇੱਥੇ ਧਾਰੀਵਾਲ ਮਿਲ ਗਰਾਊਂਡ 'ਚ ਵੱਡੇ ਦਿਨ ਦਾ ਪ੍ਰੋਗਰਾਮ ਰਾਜ ਪੱਧਰੀ ਮਨਾਇਆ ਜਾਏਗਾ। ਹਾਲੇਲੂਇਆ ਪ੍ਰਭੂ ਯਿਸੂ ਮਸੀਹ ਦਾ ਨਾਮ ਦੀ। ਕਿਉਂਕਿ ਅੱਜ ਬੱਬੇ ਹਾਲੀ ਸਾਹਿਬ ਆਏ ਨੇ, ਆਉਣ ਵਾਲੇ ਸਾਡੇ ਕੈਬਨਿਟ ਮੰਤਰੀ ਨੇ, ਜ਼ਿਲ੍ਹੇ ਦੇ ਜਰਨੈਲ ਨੇ, ਅੱਜ ਇਹਨਾਂ ਕੋਲ ਵਿਸ਼ਵਾਸ ਲੈਣਾ ਕਿ ਸਾਨੂੰ ਯਕੀਨ ਦਿਵਾਉਣ ਕਿ ਜਦੋਂ ਸਾਡੀ ਸਰਕਾਰ ਆਏਗੀ ਧਾਰੀਵਾਲ ਦੇ ਵਿੱਚ ਹੀ ਵੱਡਾ ਦਿਨ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਏਗਾ। ਹਾਲੇਲੂਇਆ। ਬਾਕੀ ਮੈਂ ਆਪਣੇ ਵੱਲੋਂ, ਆਪਣੇ ਪੂਰੇ ਪਰਿਵਾਰ ਵੱਲੋਂ, ਆਪਣੀ ਸਮੁੱਚੀ ਹਲਕੇ ਦੀ ਜਥੇਬੰਦੀ ਵੱਲੋਂ, ਸਰਪੰਚ ਪੰਚ ਆਏ ਨੇ ਮੇਰੇ, ਸਾਰਿਆਂ ਨੂੰ ਵੱਡੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ। ਬਾਕੀ ਮੈਂ ਬੱਬੇ ਆਈ ਸਾਹਿਬ, ਇਹ ਸਾਡਾ ਪਹਿਲਾ ਪ੍ਰੋਗਰਾਮ ਸੀ ਵੱਡੇ ਲੈਵਲ ਦਾ, ਜੇ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਤਾਂ ਬੱਚਾ ਸਮਝ ਕੇ ਮਾਫ਼ ਕਰਨਾ, ਕਿਉਂਕਿ ਸਾਡੀ ਪ੍ਰਬੰਧਕ ਕਮੇਟੀ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਸਿਰੇ ਚੜਾਇਆ। ਇਹ ਵੀ ਵਧਾਈ ਦੀ ਪਾਤਰ ਹੈ, ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ। ਇਹਨਾਂ ਕਹਿੰਦਾ ਹੋਇਆ ਕਿਵੇਂ ਦਾ ਜੱਜਗਾ। ਹਾਲੇਲੂਇਆ।